ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸੁਖਵਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸੁਖਵਿੰਦਰ ਵੀਜ਼ਾ ਐਕਸਪਰਟ 'ਤੇ। ਦੋਸਤੋ, ਅੱਜ ਦਾ ਇਹ ਵੱਡਾ ਅਪਡੇਟ ਉਹਨਾਂ ਲਈ ਹੈ ਜੋ ਕਿ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਕਿ 21 ਜੂਨ ਨੂੰ ਕੈਨੇਡਾ ਵੱਲੋਂ ਇੱਕ ਵੱਡੀ ਅਪਡੇਟ ਆਉਣੀ ਸੀ, ਕੈਨੇਡਾ ਦੇ ਹੈਲਥ ਮਿਨਿਸਟਰ ਵੱਲੋਂ ਅਤੇ ਕੈਨੇਡਾ ਦੇ ਟਰੈਵਲ ਮਿਨਿਸਟਰ ਵੱਲੋਂ। ਕੈਨੇਡਾ ਦੇ ਹੈਲਥ ਮਿਨਿਸਟਰ ਵੱਲੋਂ ਬਹੁਤ ਵੱਡੀ ਅਪਡੇਟ ਆਈ ਹੈ ਫੁੱਲੀ ਵੈਕਸੀਨੇਟਿਡ ਟਰੈਵਲਰਸ ਨੂੰ ਲੈ ਕੇ। ਉਸ ਤੋਂ ਬਾਅਦ ਕੈਨੇਡਾ ਦੇ ਟਰੈਵਲ ਮਿਨਿਸਟਰ ਤੋਂ ਵੱਡੀ ਅਪਡੇਟ ਆਈ ਹੈ ਡਾਇਰੈਕਟ ਅਤੇ ਇਨਡਾਇਰੈਕਟ ਫਲਾਈਟਸ ਨੂੰ ਲੈ ਕੇ। ਸੋ ਦੋਸਤੋ, ਹਮੇਸ਼ਾ ਦੀ ਤਰ੍ਹਾਂ ਇੱਕ ਰਿਕੁਐਸਟ ਕਿ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਇੱਥੇ ਮਿਲਦੀ ਹੈ ਤੁਹਾਨੂੰ ਬਿਲਕੁਲ ਔਥੈਂਟਿਕ ਇਨਫੋਰਮੇਸ਼ਨ। ਜੇ ਤੁਸੀਂ ਵੀਜ਼ਾ ਲਗਾਇਆ ਹੋਇਆ ਹੈ ਜਾਂ ਤੁਸੀਂ ਵੀਜ਼ਾ ਲਗਾਉਣਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇੱਥੇ ਤੁਹਾਨੂੰ ਫੁੱਲੀ ਹੈਲਪ ਮਿਲਦੀ ਹੈ। ਸੋ ਦੋਸਤੋ, ਸ਼ੁਰੂ ਕਰਦੇ ਹੈ ਵੀਡੀਓ। ਸਭ ਤੋਂ ਪਹਿਲਾਂ ਹੈਲਥ ਮਿਨਿਸਟਰ ਵੱਲੋਂ ਵੱਡੀ ਅਪਡੇਟ ਹੈ ਕਿ ਜਿੰਨੇ ਵੀ ਟਰੈਵਲਰਸ ਫੁੱਲੀ ਵੈਕਸੀਨੇਟਿਡ ਨੇ, ਜਿਨ੍ਹਾਂ ਨੂੰ ਕਿ ਕੋਵਿਡ-19 ਦੀ ਡੋਜ਼ ਦੇ ਦੋਨੋਂ ਸ਼ਾਟ ਲੱਗ ਚੁੱਕੇ ਨੇ, ਉਹ ਕੈਨੇਡਾ ਨੂੰ ਟਰੈਵਲ ਕਰ ਸਕਦੇ ਨੇ। ਉਹਨਾਂ ਦੇ ਉੱਤੇ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗਾ, ਨਾ ਹੀ ਉਹਨਾਂ ਨੇ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਉਹਨਾਂ ਨੂੰ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪੈਂਦਾ ਸੀ, ਕੁਆਰੰਟਾਈਨ ਰੂਲਸ ਉਹਨਾਂ ਦੇ ਉੱਤੇ ਲਾਗੂ ਨਹੀਂ ਹੋਣਗੇ, ਨਾ ਹੀ ਗਵਰਨਮੈਂਟ ਵੱਲੋਂ ਜਿਹੜੇ ਐਲੋਕੇਟਿਡ ਹੋਟਲ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਸਟੇ ਵੀ ਨਹੀਂ ਕਰਨੀ ਪੈਣੀ ਅਤੇ ਆਪਣੇ ਕੋਵਿਡ-19 ਦੇ ਨੈਗੇਟਿਵ ਟੈਸਟ ਲਈ ਉਹ ਵੇਟ ਕਰਦੇ ਸੀ 3 ਦਿਨ, ਉੱਥੇ ਉਹਨਾਂ ਨੂੰ ਹੋਟਲ ਦੇ ਵਿੱਚ ਸਟੇ ਕਰਨਾ ਮੈਂਡੇਟਰੀ ਨਹੀਂ ਹੈਗਾ। ਉਸ ਤੋਂ ਬਾਅਦ ਦੋਸਤੋ, ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਵੱਲੋਂ 3 ਵੱਡੇ ਅਪਡੇਟ ਆਏ ਨੇ, ਇੰਡੀਆ ਤੋਂ ਡਾਇਰੈਕਟ ਫਲਾਈਟਸ ਨੂੰ ਲੈ ਕੇ, ਪਾਕਿਸਤਾਨ ਤੋਂ ਡਾਇਰੈਕਟ ਫਲਾਈਟਸ ਨੂੰ ਲੈ ਕੇ, ਉਸ ਤੋਂ ਬਾਅਦ ਇਨਡਾਇਰੈਕਟ ਫਲਾਈਟਸ ਨੂੰ ਲੈ ਕੇ। ਜਿਹੜੇ ਟਰੈਵਲਰਸ ਨੇ ਇੰਡੀਆ ਤੋਂ ਇਨਡਾਇਰੈਕਟ ਫਲਾਈਟਸ ਲੈ ਕੇ ਕਿਸੇ ਥਰਡ ਕੰਟਰੀ ਤੋਂ ਰੂਟ ਹੋ ਕੇ ਕੈਨੇਡਾ ਦੇ ਵਿੱਚ ਜਾਣਾ ਸੀ, ਉਹਨਾਂ ਲਈ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਵੱਲੋਂ ਵੱਡੀ ਅਪਡੇਟ ਹੈ। ਸਭ ਤੋਂ ਪਹਿਲਾਂ ਤਾਂ 21 ਜੂਨ ਨੂੰ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨ 'ਤੇ ਦੁਬਾਰਾ ਅਪਡੇਟ ਆਉਣੀ ਸੀ, ਹੁਣ ਇੰਡੀਆ ਤੋਂ ਜਿਹੜੀਆਂ ਡਾਇਰੈਕਟ ਫਲਾਈਟਸ ਕੈਨੇਡਾ ਲਈ ਜਾਣੀਆਂ ਸੀ ਉਹ 21 ਜੁਲਾਈ ਤੱਕ ਸਸਪੈਂਡ ਕਰ ਦਿੱਤੀਆਂ ਗਈਆਂ ਨੇ। ਮੀਨਸ ਕਿ ਇਹ ਜਿਹੜਾ ਟਰੈਵਲ ਬੈਨ ਹੈ ਵਧਾ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਜਿਹੜੀਆਂ ਡਾਇਰੈਕਟ ਫਲਾਈਟ ਸੀ, ਪਾਕਿਸਤਾਨੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਉਹ ਜਿਹੜਾ ਡਾਇਰੈਕਟ ਫਲਾਈਟਸ 'ਤੇ ਬੈਨ ਸੀ ਉਹ ਹਟਾ ਦਿੱਤਾ ਗਿਆ। ਸਿਰਫ ਇੱਕੋ ਹੀ ਇੱਕ ਸ਼ਰਤ ਹੈ ਕਿ ਪਾਕਿਸਤਾਨ ਤੋਂ ਜਦੋਂ ਤੁਸੀਂ ਫਲਾਈਟ ਬੋਰਡ ਕਰਨੀ ਹੈ ਤੁਹਾਡੇ ਕੋਲ ਕੋਵਿਡ-19 ਦਾ ਨੈਗੇਟਿਵ ਟੈਸਟ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਦੋਸਤੋ, ਇਨਡਾਇਰੈਕਟ ਫਲਾਈਟਸ ਨੂੰ ਲੈ ਕੇ ਆ, ਇੰਡੀਆ ਤੋਂ ਜਿਹੜੇ ਸਟੂਡੈਂਟਸ ਨੇ ਇਨਡਾਇਰੈਕਟ ਫਲਾਈਟਸ ਲੈਣੇ ਸੀ, ਮੀਨਸ ਕਿਸੇ ਨੇ ਦੋਹਾ ਤੋਂ, ਕਤਰ ਤੋਂ, ਦੁਬਈ ਤੋਂ ਜਾਂ ਕਿਸੇ ਵੀ ਥਰਡ ਕੰਟਰੀ ਤੋਂ ਰੂਟ ਹੋਣਾ ਸੀ, ਉਹ ਰੂਟ ਹੋ ਸਕਦੇ ਨੇ। ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਨੇ ਇੱਕ ਬਿਲਕੁਲ ਕਲੀਅਰ ਕਰਤਾ ਕਿ ਜੇ ਤੁਸੀਂ ਇਨਡਾਇਰੈਕਟ ਫਲਾਈਟ ਲੈ ਕੇ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਹੋ ਤੁਹਾਡੇ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿਹੜੀ ਵੱਡੀ ਚੀਜ਼ ਹੈ ਉਹ ਇਹ ਹੈ ਕਿ ਤੁਹਾਡੇ ਕੋਲ ਜਿਹੜੀ ਥਰਡ ਕੰਟਰੀ ਤੋਂ ਤੁਸੀਂ ਰੂਟ ਹੋ ਰਹੇ ਹੋ ਕੈਨੇਡਾ ਨੂੰ, ਉਸ ਥਰਡ ਕੰਟਰੀ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਸੋ ਦੋਸਤੋ, ਇਹ ਵੱਡੇ ਅਪਡੇਟ ਸੀ ਕੈਨੇਡਾ ਵੱਲੋਂ। ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਇੰਡੀਆ ਤੋਂ ਵੀ ਡਾਇਰੈਕਟ ਫਲਾਈਟਸ ਜਿਹੜੀਆਂ ਖੁੱਲ੍ਹ ਜਾਣਗੀਆਂ, 21 ਜੁਲਾਈ ਤੋਂ ਬਾਅਦ ਤੁਸੀਂ ਟਰੈਵਲ ਕਰ ਸਕਦੇ ਹੋ। ਜਿੰਨੇ ਵੀ ਸਪਟੈਂਬਰ ਇਨਟੇਕ ਜਾਂ ਜਨਵਰੀ 2022 ਇਨਟੇਕ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਹੁਣ ਕਿਸੇ ਵੀ ਚੀਜ਼ ਦੀ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਾਇਓਮੈਟ੍ਰਿਕਸ ਓਪਨ ਹੋ ਗਏ ਨੇ, ਮੈਡੀਕਲ ਵੀ ਨੀਅਰ ਅਬਾਊਟ ਆਪਾਂ ਕਹੀਏ ਤਾਂ ਲਾਸਟ ਵੀਕ ਤੱਕ ਜਿਹੜੇ ਹੈਗੇ ਨੇ ਅਪਡੇਟ ਹੋ ਜਾਣਗੇ। ਸੋ ਦੋਸਤੋ, ਰਿਜ਼ਲਟਸ 6 ਅਗਸਤ ਤੱਕ ਮਿਲਣੇ ਸ਼ੁਰੂ ਹੋ ਜਾਣੇ ਨੇ। ਕਿਊਬਿਕ ਦੇ ਜਿੰਨੇ ਵੀ ਰਿਜ਼ਲਟਸ ਨੇ ਉਹਨਾਂ ਦੀਆਂ ਹਲੇ PPRs ਪੈਂਡਿੰਗ ਨੇ, ਕੁਛ ਕੁ ਆ ਰਹੀਆਂ ਨੇ, ਰਿਜ਼ਲਟ ਬਹੁਤ ਸਲੋ ਆ ਰਹੇ ਨੇ। ਸੋ ਜੇ ਤੁਸੀਂ ਨਵਾਂ ਵੀਜ਼ਾ ਅਪਲਾਈ ਕਰਨਾ ਤਾਂ ਕਰ ਸਕਦੇ ਹੋ ਜਨਵਰੀ 2022 ਇਨਟੇਕ ਲਈ ਅਤੇ ਮਈ 2022 ਇਨਟੇਕ ਲਈ। ਸੋ ਦੋਸਤੋ, ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ। ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਨੀਚੇ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਰੇ ਇੰਸਟਾਗ੍ਰਾਮ IVIZAImmigration ਜਾਂ ਸੁਖਵਿੰਦਰ ਵੀਜ਼ਾ ਐਕਸਪਰਟ 'ਤੇ DM ਕਰ ਸਕਦੇ ਹੋ। ਧੰਨਵਾਦ ਦੋਸਤੋ, ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ 'ਚ।